ਇਹ ਖੁਦ ਹੀ ਮਟਾਉਣ ਦੀ ਗੱਲ ਆ, ਹਉਮੈ ਮਟਾਉਣ ਦੀ ਗੱਲ। ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਆ ਵੀ ਧਰਮ ਹੈ ਜਿਹੜਾ ਇਸ ਲਈ ਆ ਵੀ ਮਨ ਨਾਲ ਸਿੱਜਣ ਦੀ ਗੱਲ ਆ ਸਾਰੀ, ਪਰ ਜਿਹੜਾ ਸਿਆਸਤ ਆ ਉਹ ਹੈ ਹੀ ਹਉਮੈ ਤੇ ਖੜੀ, ਕਿਉਂਕਿ ਉਹ ਬ੍ਰੈਂਡ ਨੇਮ ਅਸਟੈਬਲਿਸ਼ ਕਰਨਾ, ਆਪਣੇ ਆਪ ਨੂੰ ਉੱਪਰ ਚੱਕਣਾ, ਲੋਕਾਂ ਨੂੰ ਕੰਟਰੋਲ ਕਰਨਾ, ਫਿਰ ਇਹਨਾਂ ਦੋਵਾਂ ਦਾ ਸਮੇਲ ਵੀ ਸਵਾਲ ਸਾਨੂੰ ਆਮ ਕੀਤਾ ਜਾਂਦਾ ਵੀ ਇਹ ਕਿਸ ਤਰ੍ਹਾਂ ਹੋ ਗਿਆ। ਹੋ ਸਕਦਾ ਜੇ ਇਸ ਸਿਆਸਤ ਨੂੰ ਚਲਾਵੇ ਧਰਮ ਤੇ, ਜੇ ਇਸ ਸਿਆਸਤ ਨੂੰ ਧਰਮ ਚਲਾਵੇ ਤਾਂ ਹੋ ਸਕਦਾ। ਜੇ ਉਹ ਸਿਆਸਤ ਧਰਮ ਚਲਾਉਣ ਦੀ ਕੋਸ਼ਿਸ਼ ਕਰਦੀ, ਇੰਝ ਕਹਿ ਲਈਏ ਜਦੋਂ ਧਰਮ ਜਿਹੜਾ ਵਾ ਉਹ ਸਾਡੇ ਰਾਜਨੀਤਿਕ ਫੈਸਲੇ ਕਰੂਗਾ ਨਾ, ਧਰਮ ਨੂੰ ਮੋਹਰੀ ਰੱਖ ਕੇ ਰਾਜਨੀਤਿਕ ਫੈਸਲੇ ਹੋਣਗੇ, ਉਦੋਂ ਹਉਮੈ ਵੱਸ ਨਹੀਂ ਹੋਣਗੇ। ਜਦੋਂ ਅਸੀਂ ਰਾਜਨੀਤਿਕ ਪੱਖ ਨੂੰ ਸਾਹਮਣੇ ਰੱਖ ਕੇ ਧਾਰਮਿਕ ਸਥਾਨਾਂ ਦੇ ਫੈਸਲੇ ਕਰਦੇ ਹਾਂ, ਉਦੋਂ ਧਰਮ ਮਲੀਆ ਮੇਟ ਹੋ ਜਾਂਦਾ। ਬਾਕੀ ਜਿਹੜੀ ਗੱਲ ਬਹੁਤ ਪ੍ਰਚਾਰੀ ਗਈ ਆ ਕਿ ਵੇਖੋ ਜੀ ਮਨ ਦੀ ਮੁਕਤੀ ਦੀ ਗੱਲ ਕੀਤੀ ਗਈ ਆ, ਮਨ ਨੂੰ ਪਹਿਲਾਂ ਮੁਕਤ ਕਰਨਾ ਵਾ, ਤਨ ਦੀ ਮੁਕਤੀ ਦੀ ਗੱਲ ਬਾਅਦ 'ਚ ਕੀਤੀ ਗਈ ਆ। ਮਨ ਦੀ ਮੁਕਤੀ ਨਾਲ ਤੁਸੀਂ ਇਸ ਦੇਸ਼ ਵਿੱਚ ਮਨ ਦੀ ਮੁਕਤੀ ਦੀ ਗੱਲ ਕਰੀਏ, ਉਹ ਇਸ ਦੇਸ਼ ਨੂੰ ਕੀ ਪ੍ਰੋਬਲਮ ਆ? ਭਾਰਤ ਵਿੱਚ ਮਨ ਦੀ ਮੁਕਤੀ ਦੀਆਂ ਹਜ਼ਾਰਾਂ ਗੱਲਾਂ ਕਰਨ ਵਾਲੇ ਬੈਠੇ ਸੀ। ਤੁਸੀਂ ਆਪਣੇ ਘਰ 'ਚ ਬੈਠੇ ਕਰੀ ਜਾਓ ਜੀ ਮੈਂ ਮਨ ਮੁਕਤ ਕਰਨਾ, ਸਰੀਰ 'ਤੇ ਸਵਾਹ ਮਾਰ ਕੇ ਬੈਠਾ, ਕੋਈ ਕੋਈ ਜੜਾਂ ਵਧਾ ਕੇ ਬੈਠਾ, ਕੋਈ ਭੋਰੇ 'ਚ ਬੈਠਾ। ਮਨ ਦੀ ਮੁਕਤੀ ਵਾਲਿਆਂ ਤੋਂ ਸਰਕਾਰ ਨੂੰ ਖਤਰਾ ਹੋ ਸਕਦਾ ਕੋਈ ਜੀ? ਕੋਈ ਮਨ ਦੀ ਮੁਕਤੀ ਲੱਭ ਰਿਹਾ ਹੋਵੇ ਸਰਕਾਰ ਨੂੰ ਖਤਰਾ? ਤੁਸੀਂ ਆਪਣੇ ਘਰ 'ਚ ਬੈਠੇ ਮਨ ਦੀ ਮੁਕਤੀ ਲੱਭ ਰਹੇ ਹੋ। ਗੁਰੂ ਅਰਜਨ ਸਾਹਿਬ ਮਨ ਦੀ ਮੁਕਤੀ ਲੱਭਦੇ, ਜਹਾਂਗੀਰ ਨੂੰ ਕੀ ਤਕਲੀਫ ਸੀ? ਮਨ ਦੀ ਮੁਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਭਦੇ, 14 ਜਗ੍ਹਾ ਕੀ ਲੜਨ ਦੀ ਲੋੜ ਸੀ? ਗੁਰੂ ਅਰਜਨ ਸਾਹਿਬ ਮਨ ਦੀ ਮੁਕਤੀ, ਗੁਰੂ ਹਰਗੋਬਿੰਦ ਪਾਤਸ਼ਾਹ ਮਨ ਦੀ ਮੁਕਤੀ ਲੱਭੀ ਜਾਂਦੇ ਤੇ ਉਹਨਾਂ ਨੂੰ 4 ਜਗ੍ਹਾ ਲੜਨ ਦੀ ਲੋੜ ਨਹੀਂ ਸੀ। ਮਨ ਦੀ ਮੁਕਤੀ ਕਰਨ ਵਾਲੇ ਹਜ਼ਾਰਾਂ ਲੋਕ ਆ ਇੱਥੇ, ਇੱਥੇ ਮਨ ਦੀ ਮੁਕਤੀ ਨਹੀਂ, ਇੱਥੇ ਤਨ ਦੀ ਮੁਕਤੀ ਆ। ਜਿਹਨਾਂ ਦੇਸ਼ਾਂ ਤੁਸੀਂ ਰਹਿ ਰਹੇ ਹੋ ਤਨ ਪੱਖੋਂ ਹਰ ਇੱਕ ਬਰਾਬਰ ਨੂੰ ਹੱਕ ਵਾ। ਜੇ ਉਹ ਇਹ ਕਹੀ ਜਾਣ ਤੁਹਾਨੂੰ ਗੋਰੇ ਸਾਰੇ ਵੀ ਮਨ ਕਰਕੇ ਤੁਸੀਂ ਸਾਰੇ ਬਰਾਬਰ ਜੇ, ਤਨ ਦੇ ਹੱਕ ਹੀ ਰੱਖਣੇ ਆ, ਤੁਸੀਂ ਇਹ ਦੇਸ਼ 'ਚ ਇੱਕ ਦਿਨ ਨਹੀਂ ਰਹਿ ਸਕਦੇ। ਇੱਥੇ ਤੁਹਾਨੂੰ ਬਰਾਬਰ ਸਰੀਰਕ ਪੱਖੋਂ ਤੁਹਾਨੂੰ ਬਰਾਬਰ ਅਧਿਕਾਰ ਦਿੱਤੇ ਆ। ਪਰ ਜਿਹੜੇ ਦੇਸ਼ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਕਿੰਨੀ ਬਰੀਕੀ ਨਾਲ ਵੇਖਿਆ ਵੀ ਮਨ ਦੀ ਮੁਕਤੀ ਦੀਆਂ ਗੱਲਾਂ ਸਾਰੇ ਕਰੀ ਜਾਂਦੇ ਆ, ਤਨ ਦੀ ਮੁਕਤੀ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਤਨ ਕਰਕੇ ਤੇ ਸਾਰੇ ਗੁਲਾਮ ਆ, ਇਹ ਉਹਨੂੰ ਕਹਿੰਦੇ ਤੂੰ ਭਾਂਡੇ ਮਾਂਜਣੇ ਆ, ਤੂੰ ਉਹ ਕਰਨਾ ਵਾ, ਆਪਣੇ ਕੋਲ ਅਧਿਕਾਰ ਸਾਰੇ ਰੱਖੇ ਹੋਏ ਆ। ਗੁਰੂ ਸਾਹਿਬ ਨੇ ਇਹ, ਕਿਉਂਕਿ ਜਦੋਂ ਤਨ ਦੀ ਮੁਕਤੀ ਦੀ ਗੱਲ ਕੀਤੀ ਜਾਊਗੀ ਨਾ, ਹਰ ਇੱਕ ਬਰਾਬਰ ਦੇ ਹੱਕ ਰੱਖਦਾ ਬੰਦਾ, ਉਦੋਂ ਜਿਹੜੇ ਬੰਦੇ ਹੱਕ ਖੋ ਰਹੇ ਆ ਪ੍ਰੋਬਲਮ ਉਹਨਾਂ ਨੂੰ ਨਹੀਂ, ਉਹ ਤੁਹਾਡੇ ਵਿਰੁੱਧ ਜੰਗ ਲੜਨਗੇ, ਉਹਨਾਂ ਨੂੰ ਉਹਨਾਂ ਦੇ ਅੰਦਰ ਜਿਹੜਾ ਵਾ ਬੁਰੀਆਂ ਬੁਰੇ ਖਿਆਲ ਤੁਹਾਡੇ ਪ੍ਰਤੀ ਪੈਦਾ ਹੋਣੇ ਆ। ਤੇ ਜਿਹੜੀ ਗੱਲ ਆਪਾਂ ਹੁਣੇ ਕਰ ਰਹੇ ਸੀ ਕਿ ਜਦੋਂ ਧਰਮ ਸਿਆਸਤ ਨੂੰ ਜਿਹੜਾ ਚਲਾਊਗਾ ਨਾ, ਉਦੋਂ ਸਿਆਸਤ ਗੰਦੀ ਨਹੀਂ ਹੋਊਗੀ। ਅੱਜ ਪ੍ਰੋਬਲਮ ਇਹ ਆ ਕਿ ਸਾਡੇ ਕੋਲ ਧਰਮ ਨਾਂ ਦੀ ਚੀਜ਼ ਨਹੀਂ ਹੈਗੀ, ਇਕੱਲੀ ਸਿਆਸਤ ਵਾ, ਇਸ ਕਰਕੇ ਸਾਨੂੰ ਸਿਆਸਤ ਬੜੀ ਭੈ ਭੀਤ ਲੱਗ ਰਹੀ ਆ, ਬੜੀ ਡਰਦੀ ਆ। ਜੇ ਤੁਸੀਂ ਡਰ ਰਹੇ, ਕਿਉਂਕਿ ਸੰਸਾਰ 'ਤੇ ਰਹਿ ਰਹੇ ਹਾਂ ਜੀ, ਆਪਾਂ ਨੂੰ ਆਪਣੇ ਧੀਆਂ ਦੇ ਵੀ ਮਸਲੇ ਆਉਣੇ ਆ, ਪੁੱਤਰਾਂ ਦੇ ਮਸਲੇ ਵੀ ਆਉਣੇ ਆ, ਜ਼ਮੀਨਾਂ ਜਾਇਦਾਦਾਂ ਦੇ ਮਸਲੇ ਵੀ ਆਉਣੇ ਆ। ਜਦੋਂ ਸਾਡੇ ਕੋਲ ਧਰਮ ਹੋਊਗਾ ਤੇ ਬੜੇ ਪਿਆਰ ਨਾਲ ਇਹਨਾਂ ਸਮੱਸਿਆਵਾਂ ਦਾ ਅਸੀਂ ਹੱਲ ਕਰ ਸਕਦੇ ਹਾਂ। ਜਦੋਂ ਧਰਮ ਹੀ ਸਾਡੇ ਕੋਲ ਨਾ ਆਇਆ ਤੇ ਫਿਰ ਇਹ ਅਸੀਂ ਧੱਕਾ ਕਰਾਂਗੇ, ਜ਼ੁਲਮ ਕਰਾਂਗੇ, ਸਾਡੇ ਕੋਲ ਵਧੀਆ ਵਿਚਾਰ ਨਹੀਂ। ਗੁਰੂ ਸਾਹਿਬ ਬਾਣੀ 'ਚ ਬੜੀ ਕਮਾਲ ਦੀ ਗੱਲ ਲਿਖੀ ਆ, ਕਹਿੰਦੇ ਪਹਿਲੋਂ ਦੇਹ ਜੜ ਅੰਦਰ ਜੰਮੇ ਤਾਂ ਉੱਪਰ ਹੋ ਗਏ ਸ਼ਾਮ। ਕਹਿੰਦੇ ਜਿਹੜੇ ਜਿਹੜੀ ਵਿਦਿਆ ਦੀਆਂ ਜੜ੍ਹਾਂ ਧਰਮ ਨਾਲ ਜੁੜੀਆਂ ਹੁੰਦੀਆਂ ਨਾ, ਉਹ ਉਸ ਰੁੱਖ ਦੀ ਤਰ੍ਹਾਂ ਹੁੰਦਾ ਜਿਹੜਾ ਰੁੱਖ ਧਰਤੀ ਨਾਲ ਅੰਦਰੋਂ ਜੁੜਿਆ ਹੁੰਦਾ, ਉਹ ਫਿਰ ਛਾਂ ਕਰਦਾ। ਰੁੱਖ 'ਤੇ ਉਹ ਵੀ ਧਰਤੀ 'ਤੇ ਉੱਗਿਆ ਜਿਹੜਾ ਖਲੋਤਾ ਖਲੋਤਾ ਸੁੱਕ ਜਾਂਦਾ, ਉਹ ਕਿਸੇ ਨੂੰ ਛਾਂ ਨਹੀਂ ਦੇ ਸਕਦਾ। ਤੁਸੀਂ ਵੇਖਿਆ ਨਾ ਕਈ ਰੁੱਖ ਖਲੋਤੇ ਖਲੋਤੇ ਸੁੱਕ ਜਾਂਦੇ ਆ, ਕਿਉਂਕਿ ਅੰਦਰੋਂ ਉਹਨਾਂ ਦਾ ਨਾਤਾ ਟੁੱਟ ਜਾਂਦਾ ਧਰਤੀ ਨਾਲੋਂ। ਕਹਿੰਦੇ ਉਹ ਵਿਦਿਆ ਉਸ ਤਰ੍ਹਾਂ ਵਾ ਜਿਵੇਂ ਖਲੋਤਾ ਰੁੱਖ ਸੁੱਕ ਜੇ, ਕਿਸੇ ਨੂੰ ਛਾਂ ਨਹੀਂ ਦੇ ਸਕਦਾ, ਜਿਹਦੀਆਂ ਧਰਮ ਨਾਲ ਜੜ੍ਹਾਂ ਨਹੀਂ ਜੁੜੀਆਂ। ਜਿਹੜੀ ਵਿਦਿਆ ਦੀਆਂ ਜੜ੍ਹਾਂ ਧਰਮ ਨਾਲ ਜੁੜ ਗਈਆਂ, ਸੱਚ ਨਾਲ ਜੁੜ ਗਈਆਂ, ਉਹ ਫਿਰ ਸੰਘਣੇ ਰੁੱਖ ਦੀ ਤਰ੍ਹਾਂ ਹੁੰਦਾ ਵਾ ਜਿਹੜਾ ਕਿਸੇ ਨੂੰ ਛਾਂ ਵੀ ਦੇ ਸਕਦਾ ਤੇ ਆਏ ਗਏ ਜਿਹੜੇ ਵਿਅਕਤੀ ਨੂੰ ਫਲ ਵੀ ਮਿਲ ਸਕਦੇ ਆ, ਉਹ ਲੱਕੜ ਵੀ ਕੰਮ ਆ ਸਕਦੀ ਆ। ਸੇਮ ਇਹ ਨੀਤੀ ਜਿਹੜੀ ਆ, ਰਾਜਨੀਤੀ ਜਿਹੜੀ ਆ, ਜੇ ਇਹਦੀਆਂ ਜੜ੍ਹਾਂ ਧਰਮ ਬਣ ਜਾਣ ਤੇ ਰਾਜਨੀਤੀ ਦੁਨੀਆਂ ਤੇ ਪਰਉਪਕਾਰ ਕਰ ਸਕਦੀ, ਅਸੀਂ ਵਧੀਆ ਫੈਸਲੇ ਕਰ ਸਕਦੇ ਹਾਂ, ਫਿਰ ਸਾਨੂੰ ਕਿਸੇ ਕੋਲੋਂ ਹੱਕ ਮੰਗਣੇ ਨਹੀਂ ਪੈਣੇ, ਸਮਾਜ ਵਿੱਚ ਅਸੀਂ ਵਧੀਆ ਸਿਰ ਚੁੱਕ ਕੇ ਅਣਖ ਵਾਲਾ ਜ਼ਿੰਦਗੀ ਜਿਹੜਾ ਜੀਵਨ ਜੀਉ ਸਕਦੇ ਹਾਂ। ਜਿਹੜੀ ਗੱਲ ਤੁਸੀਂ ਮੁਕਤੀ ਦੀ ਕੀਤੀ ਆ, ਇਹਦੇ ਸੰਬੰਧ ਵਿੱਚ ਵੀ ਕਈ ਸਵਾਲ ਆਉਂਦੇ ਆ ਵੀ ਇੱਕ ਤਾਂ ਸਾਨੂੰ ਮੁਕਤੀ ਜਿਹੜੀ ਆਮ ਨਿਰਵਾਣਾ ਆਮ ਲਫ਼ਜ਼ ਹੈ ਜਿਹੜੇ ਉਹ ਸਮਝਾਏ ਜਾਂਦੇ ਆ, ਤੇ ਗੁਰਬਾਣੀ ਕਿਹੜੀ ਮੁਕਤੀ ਦੀ ਗੱਲ ਕਰਦੀ, ਕਿਸ ਤਰ੍ਹਾਂ ਦੀ? ਗੁਰਬਾਣੀ ਮੁਕਤੀ ਤੋਂ ਪਹਿਲਾਂ ਇਹ ਦੱਸਦੀ ਹੈ ਕਿ ਤੈਨੂੰ ਬੰਨਿਆ ਕਿਹਨੇ ਹੋਇਆ। ਡਾਕਟਰ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾਂ ਇਹ ਦੱਸਦਾ ਕਿ ਤੈਨੂੰ ਬਿਮਾਰੀ ਕਿਹੜੀ ਆ। ਹੁਣ ਕਈ ਵਾਰੀ ਡਾਕਟਰ ਇਲਾਜ ਕਰਨ ਲੱਗ ਪੈਂਦੇ ਆ, ਉਹ ਬਿਮਾਰੀ ਦਾ ਪਤਾ ਨਹੀਂ ਹੁੰਦਾ ਬਿਮਾਰੀ ਕਿਹੜੀ ਆ। ਗੁਰੂ ਸਾਹਿਬ ਮੁਕਤੀ ਤੋਂ ਪਹਿਲਾਂ ਦੱਸਦੇ ਤੈਨੂੰ ਬੰਧਨ ਕਿਹੜੇ ਆ, ਬੰਧਨ ਕਿਹੜੇ ਆ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਸਾਹਿਬ ਪਹਿਲਾਂ ਬੰਧਨ ਦੱਸਦੇ, ਬੰਧਨ ਕਿਹੜੇ ਆ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ, ਇਹ ਬੰਧਨ ਤੇਰੇ ਕੱਟ ਦਿੱਤੇ ਤੇ ਮੁਕਤ ਗੁਰ ਕੀਨਾ, ਗੁਰੂ ਨੇ ਮੁਕਤ ਦੇ ਕਰ ਦਿੱਤਾ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕੇ, ਬਿੱਧ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਸਾਨੂੰ ਇਹ ਗੱਲਾਂ ਵਾਰ ਵਾਰ ਮਿਲਦੀਆਂ ਕਿ ਹਮੇਸ਼ਾ ਧਰਮ ਦੇ ਨਾਂ ਤੇ ਲੋਕਾਂ ਨੂੰ ਲਾਲਚ ਦਿੱਤਾ ਗਿਆ,
ਇੱਥੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਭ ਕੁਝ ਸਾਨੂੰ ਦੇ ਦਿਓ, ਤੁਹਾਨੂੰ ਅੱਗੇ ਮੁਕਤੀ ਮਿਲੂਗੀ। ਜਿਵੇਂ ਭਗਤ ਨਾਮਦੇਵ ਦਾ ਇੱਕ ਸ਼ਬਦ ਵਾ ਵੀ ਬਨਾਰਸੀ ਤਪ ਕਰੇ ਉਲਟ ਤੀਰਥ ਮਰਿਆ ਗੰਦਾ ਹੈ, ਕਾਇਆ ਕਲਪ ਕੀਜੈ, ਅਸੁਮੇਧ ਜਗ ਕੀਜੈ, ਸੋਨਾ ਗਰਭਦਾਨ ਦੀਜੈ। ਉਹ ਸਾਰਾ ਕੁਝ ਕਰਦਾ ਸੀ। ਉਹ ਜਜਮਾਨ ਨੂੰ ਕਹਿੰਦਾ ਸੀ ਭਾਈ ਵੇਖ ਸੋਨਾ ਮੈਨੂੰ ਦੇ ਜਾ। ਹੁੰਦਾ ਰਿਹਾ ਭਾਰਤ ਵਿੱਚ, ਸੋਨਾ ਵੀ ਲੈ ਲੈਣਾ, ਇੱਥੋਂ ਤੱਕ ਸੇਜਾ ਤੇ ਬਿਠਾ ਕੇ ਇਸਤਰੀ ਵੀ ਬ੍ਰਾਹਮਣ ਨੂੰ ਦਾਨ ਕਰ ਦੇਣੀ, ਇਸਤਰੀ ਵੀ ਦਾਨ ਕਰ ਦੇਣੀ, ਜ਼ਮੀਨ ਵੀ ਦਾਨ ਕਰ ਦੇਣੀ, ਸੋਨਾ ਵੀ ਦਾਨ ਕਰ ਦੇਣਾ, ਹਾਥੀ ਘੋੜੇ ਸਭ ਦਾਨ ਕਰਕੇ। ਜਜਮਾਨ ਨੇ ਬ੍ਰਾਹਮਣ ਨੂੰ ਪੁੱਛਣਾ ਜੀ ਮੈਨੂੰ ਕਿਆ ਗਿਆ? ਉਹਨੂੰ ਕਹਿਣਾ ਉਹ ਖੂਹ ਛਾਲ ਮਾਰ, ਤੇਰੇ ਦੋ ਟੋਟੇ ਹੋ ਗਏ, ਤੈਨੂੰ ਅੱਗੇ ਮੁਕਤੀ ਮਿਲ ਜਾਣੀ ਹੈ। ਇੱਥੇ ਆਪ ਆਨੰਦ ਮਾਣਦਾ ਰਿਹਾ, ਉਹਨੂੰ ਖਤਮ ਕਰਕੇ ਉਹਨੂੰ ਅੱਗੇ ਮੁਕਤੀ ਦੀ ਲਾਲਸਾ ਦੇ ਦਿੱਤੀ। ਭਗਤ ਨਾਮਦੇਵ ਜੀ ਵਰਗੇ ਯੋਧੇ ਨੇ ਡੰਕੇ ਦੀ ਚੋਟ ਤੇ ਕਿਹਾ ਮੂਹੇ ਹੋਏ ਜੋ ਮੁਕਤ ਦਿਓਗੇ, ਤੇਰੀ ਮੁਕਤ ਨਾ ਜਾਣੇ ਕੋਇਲਾ। ਜਦੋਂ ਅਸੀਂ ਮਾਰੀ ਗਏ ਉਸ ਮੁਕਤੀ ਨੂੰ, ਅਸੀਂ ਕੀ ਕਰਨਾ? ਬੰਧਨ ਤੇ ਸਾਨੂੰ ਹੁਣ ਪਏ ਹੋਏ ਆ। ਦੂਜਿਆਂ ਦੀਆਂ ਭਾਵਨਾਵਾਂ ਨਾਲ ਖਿਲਾਫ਼, ਜਿਹੜੀਆਂ ਵੀ ਮੰਦਰਾਂ 'ਚ ਦੇਵਦਾਸੀਆਂ ਸੀ, ਕੌਣ ਸੀ ਜਿਹਨਾਂ ਨੂੰ ਧਰਮ ਦੇ ਨਾਂ ਤੇ ਕਿਹਾ ਗਿਆ ਤੁਸੀਂ ਸਾਨੂੰ ਦਾਨ ਕਰ ਦਿਓ? ਜਦੋਂ ਬਾਹਰੋਂ ਆਇਆ ਹਮਲਾਵਰ ਮੰਦਰ ਢਾਉਂਦਾ ਸੀ, ਧਾਰਮਿਕ ਸਥਾਨਾਂ ਨੂੰ ਜਿਹੜਾ ਉਹ ਖਤਮ ਕਰਦਾ ਸੀ ਇਸੇ ਕਰਕੇ, ਕਿਉਂਕਿ ਉੱਥੇ ਸਹੀ ਵਿਚਾਰ ਨਹੀਂ ਸੀ ਹੋ ਰਹੀ, ਅੰਦਰੋਂ ਡੈਡ ਕੀਤਾ ਜਾ ਰਿਹਾ ਸੀ, ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਗੁਰੂ ਪਾਤਸ਼ਾਹ ਨੇ ਐਸੀ ਮੁਕਤੀ ਦੀ ਗੱਲ ਨਹੀਂ ਕੀਤੀ ਵੀ ਬੈਠੇ ਅਸੀਂ ਇੱਥੇ ਹਾਂ ਤੇ ਮੁਕਤੀ ਦੀ ਗੱਲ ਅਸੀਂ ਅੱਗੇ ਜਾ ਕਰੀਏ, ਤੁਸੀਂ ਹੁਣ ਬਾਜ਼ਾਰ ਸਟੋਰ ਜਾਂਦੇ ਹੋ, ਡਾਲਰ ਇੱਥੇ ਹੁੰਦੇ ਤੁਹਾਨੂੰ ਸਮਾਨ ਇੱਥੇ ਮਿਲਦਾ, ਨਾਲ ਹੀ ਮਿਲਦਾ ਨਾ, ਤੁਸੀਂ ਗੈਸ ਸਟੇਸ਼ਨ ਜਾਂਦੇ ਹੋ ਨਾਲ ਹੀ ਤੇਲ ਪਾਉਂਦੇ ਨਾਲ ਹੀ ਡਾਲਰ ਦੇ, ਬਰਾਬਰ ਹੋ ਰਹੇ ਨੇ ਕੰਮ। ਭੇਟਾਂ ਇੱਥੇ ਦਿੱਤੀ ਜਾ ਰਹੀ ਆ, ਮੱਥੇ ਇੱਥੇ ਟਿਕਾਏ ਜਾ ਰਹੇ ਆ, ਪਾਠ ਇੱਥੇ ਹੋ ਰਹੇ ਨੇ, ਮੁਕਤੀ ਭਾਈ ਤੁਹਾਨੂੰ ਅੱਗੇ ਮਿਲਣੀ। ਕਿੱਦਾਂ ਦਾ ਸੌਦਾ ਹੈ? ਜੇ ਮੈਂ ਬਾਕੀ ਸਭ ਕੁਝ ਇੱਥੇ ਕਰ ਰਿਹਾ, ਮੁਕਤੀ ਵੀ ਤਾਂ ਮੈਨੂੰ ਇੱਥੇ ਚਾਹੀਦੀ ਹੈ ਨਾ। ਤੁਸੀਂ ਗੈਸ, ਹੁਣ ਤੁਸੀਂ ਗੈਸ ਸਟੇਸ਼ਨ 'ਤੇ ਜਾਓ, ਉਹ ਤੁਹਾਨੂੰ ਕਹਿੰਦੇ ਡਾਲਰ ਇੱਥੇ ਦੇ ਦਿਓ, ਤੇਲ ਅਗਲੇ ਜਣੇ 'ਤੇ ਲੈ ਜਾ ਕੇ ਸਟੋਰ 'ਤੇ ਆਇਓ, ਇੱਥੇ ਡਾਲਰ ਜਮ੍ਹਾਂ ਕਰਾ ਦਿਓ, ਜਿਹੜਾ ਜਿਹੜੀ ਗਰੋਸਰੀ ਨਾ ਅਗਲੇ ਜਨਮ ਤੁਹਾਨੂੰ ਮਿਲੇਗੀ। ਤੁਸੀਂ ਸਵਾਲ ਕਰੋ ਕਹਿੰਦਾ ਭਾਈ ਵੀ ਡਾਲਰ ਹੋਣ ਲੈ ਰਹੇ ਹੋ, ਮੈਂ ਗਰੋਸਰੀ ਅਗਲੇ ਜਨਮ 'ਚ ਕੀ ਕਰਨੀ ਆ? ਧਰਮ ਦੇ ਨਾਂ 'ਤੇ ਇੰਜ ਹੋਇਆ ਭਾਈ ਅੱਗੇ ਮੁਕਤ, ਮੈਨੂੰ ਮੁਕਤੀ ਕਰਦੇ ਸੱਚੇ ਪਾਤਸ਼ਾਹ। ਬਾਣੀ ਦੇ ਬਾਰ ਬਾਰ ਪ੍ਰਮਾਣ ਦੇ ਦੇ ਕੇ ਕਿਹਾ ਵੀ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਇੱਕ ਬਾਬੇ ਕਬੀਰ ਦਾ ਹੋਰ ਸ਼ਬਦ ਵਾ ਜਿਹਦਾ ਆਮ ਅਸੀਂ ਪੜ੍ਹਦੇ ਹਾਂ, ਗਗਨ ਨਗਰ ਇੱਕ ਬੂੰਦ ਨਾ ਵਰਖੇ ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸਲੇ ਸੁਧਾਨਾ। ਬਾਬਾ ਬੋਲਤੇ ਤੇ ਕਹਾਂ ਗਏ, ਇਹਨਾਂ ਸ਼ਬਦਾਂ ਨੂੰ ਮਰ ਗਏ ਬੰਦਿਆਂ ਦੇ ਵੇਲੇ ਪੜਿਆ ਗਿਆ ਵੀ ਜਦੋਂ ਬੰਦਾ ਮਰ ਗਿਆ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਂ ਜੀ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ, ਇਹਨਾਂ ਸ਼ਬਦਾਂ ਦਾ ਇੰਜ ਕੀਰਤਨ ਕੀਤਾ ਗਿਆ। ਉਹਦੇ ਅਖੀਰ ਤੇ ਆਉਂਦਾ ਵਾ ਮ੍ਰਿਤਕ ਭਏ ਦਸੇ ਬੰਦ ਛੂਟੇ, ਜਦੋਂ ਬੰਦਾ ਜਿਉਂਦਾ ਸੀ ਮ੍ਰਿਤਕ ਭਏ, ਇਹ ਮੇਰੇ ਦਸ ਦੇ ਦਸ ਜਿਹੜੇ ਗਿਆਨ ਇੰਦਰੇ ਸੀ, ਬੁਰਿਆਂ ਕੰਮਾਂ ਵਾਲੇ ਬੰਨਿਓ ਹਟ ਕੇ ਚੰਗੇ ਕੰਮ ਕਰ ਲੈ। ਮ੍ਰਿਤਕ ਭਏ ਦਸੇ ਬੰਦ ਛੂਟੇ ਮਿੱਤਰ ਭਾਈ ਸਭ ਸੋਰੇ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋੜੇ। ਜਿਉਂਦੇ ਬੰਧਨ ਤੋੜਨੇ ਆ, ਨਾ ਕਿ ਮਰਨ ਤੋਂ ਬਾਅਦ ਬੰਧਨ ਤੋੜਨੇ ਆ। ਇਹਨਾਂ ਸ਼ਬਦਾਂ ਜਦੋਂ ਅਸੀਂ ਸਮਝਾਂਗੇ, ਬੰਧਨ ਵੀ ਜਿਉਂਦੇ ਨੇ ਤੇ ਮੁਕਤੀ ਵੀ ਜਿਉਂਦੇ ਆ। ਬੰਧਨ ਕੀ ਆ? ਬੁਰੀਆਂ ਆਦਤਾਂ ਬੰਧਨ ਨੇ, ਨਾਨਕ ਅਵਗੁਣ ਜੇਤੜੇ ਤੇਤੇ ਗਲੀ, ਜਿੰਨੇ ਅਵਗੁਣ ਹੋਣੀਆਂ ਜੰਜੀਰਾਂ, ਤੇ ਇਹਨਾਂ ਜੰਜੀਰਾਂ ਨੂੰ ਕੱਟੂ ਕੌਣ ਜੀ? ਗੁਣੀ ਕੱਟਣਗੇ। ਹਾਂਜੀ, ਨਾ ਜੇ ਤੁਸੀਂ ਸਰੀਰ ਦੇ ਤਲ ਉੱਪਰ ਕਰੀ ਜਾਓ ਕਰਮ ਨਹੀਂ ਕੱਟਣਗੇ, ਜੇ ਗੁਣ ਹੋਣ ਤਾਂ ਕੱਟਿਆ ਸੇ ਭਾਈ ਸੇ ਵੀ, ਬਸ ਆਹ ਮੁਕਤੀ ਹੈ। ਇਹਦਾ ਮਤਲਬ ਇਹ ਹੈ ਵੀ ਇਸ ਸੰਸਾਰ ਦੀ ਜਿਹੜੀ ਸਿੱਖ ਸੰਕਲਪ ਅਨੁਸਾਰ ਗੁਰਮਤਿ ਸਿਧਾਂਤ ਅਨੁਸਾਰ ਜਿਹੜਾ ਸਿੱਖ ਦੀ ਮੁਕਤੀ ਆ ਉਹ ਜੀਵਨ ਮੁਕਤ ਆ, ਜੀਵਨ ਮੁਕਤ, ਜੀਵਨ ਮੁਕਤ, ਉਹ ਅਗਲੀ ਮੁਕਤੀ ਨਹੀਂ, ਅਗਲੀ ਮੁਕਤੀ ਤੇ ਲਾਸ ਦਿੱਤੀ ਜਾ ਰਹੀ ਹੈ। ਵੇਖੀ ਨੀ ਕਿਸੇ ਨੇ, ਮੈਨੂੰ ਕਈ ਸਵਾਲ ਕਰਨਗੇ ਜੀ ਪ੍ਰਚਾਰ, ਕਈ ਕਹਿੰਦੇ ਜੀ ਗਿਆਨ ਜੀ ਮਰਨ ਤੋਂ ਬਾਅਦ ਕੀ ਹੁੰਦਾ? ਮੈਂ ਕਿਹਾ ਮੈਂ ਕਿਹੜਾ ਮਰਿਆ ਜੀ, ਮੈਂ ਤੁਹਾਨੂੰ ਕਹੀ ਜਾਵਾਂ ਜੀ ਅੱਗੇ ਕੀ ਹੋਣਾ, ਕਿਉਂਕਿ ਚਾਹੇ ਤਾਂ ਕੋਈ ਅੱਜ ਤੱਕ ਮਰ ਕੇ ਵਾਪਸ ਇੱਥੇ ਆਇਆ ਹੋਵੇ, ਦੁਨੀਆਂ ਨੂੰ ਦੱਸੇ ਵੀ ਗਪੌੜ ਮਾਰੀ ਜਾ ਰਹੇ ਵੱਡੇ ਵੱਡੇ ਬਾਬੇ ਸਾਡੇ, ਉਹ ਸਾਡੇ ਕੋਲੋਂ ਵੱਜਦੇ ਨੀ। ਜਿਹੜਾ ਬੰਦਾ ਅੱਗੇ ਤਾਂ ਮੈਂ ਦੋਵੇਂ ਗੱਲਾਂ ਕਰਦਾ ਜੀ, ਜਿਹੜਾ ਕਹਿੰਦਾ ਅੱਗੇ ਤੁਹਾਨੂੰ ਲੰਮੇ ਲੰਮੇ ਸਿੰਗਾਂ ਵਾਲੇ ਜਮ ਚੁੱਕਣ ਆਉਂਦੇ ਆ, ਤੇਲ ਦੇ ਕੜਾਹੇ ਤਰਦੇ, ਉਹ ਵੀ ਗਲਤ ਆ, ਉਹ ਵੇਖ ਕੇ ਆਇਆ, ਤੇ ਜਿਹੜਾ ਕਹਿੰਦਾ ਅੱਗੇ ਹੈ ਕੁਝ ਨੀ ਉਹ ਵੀ ਗਲਤ ਆ। ਆਪਾਂ ਨੂੰ ਟੈਨਸ਼ਨ ਹੀ ਲੈਣ ਦੀ ਲੋੜ ਨੀ, ਸਮਝੀਏ ਵੀ ਸਾਨੂੰ ਬਿਮਾਰੀ ਕਿਹੜੀ ਚਿੰਬੜੀ ਹੋਈ, ਪਹਿਲਾਂ ਇਹ ਚੋਂ ਮੁਕਤ ਹੋ ਜਾਈਏ ਆਪਾਂ। ਸਾਰੀਆਂ ਜੂਨਾਂ ਮੰਨ ਕਰਕੇ ਅਸੀਂ ਇੱਥੇ ਭੋਗ ਰਹੇ ਹਾਂ, ਪਸ਼ੂ ਬਿਰਤੀਆਂ, ਗੁਰਦੇਵ ਨੇ ਬਾਣੀ ਚੱਕਿਆ ਕਰਤੂਤ ਪਸ਼ੂ ਕੀ ਮਾਣਸ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਮਾਨਸ ਮੂਰਤ, ਕਹਿੰਦੇ ਤੇਰੀ ਮੂਰਤ ਮਨੁੱਖਾਂ ਵਾਲੀ ਆ, ਮਾਨਸ ਮੂਰਤ ਨਾਨਕ ਨਾਮ ਪ੍ਰਕਰਣੀ ਕੁੱਤਾ, ਕਹਿੰਦੇ ਤੇਰੇ ਕੰਮ ਕੁੱਤੇ ਵਾਲੇ ਆ, ਦਰ ਪ੍ਰਮਾਣ ਕਿੰਨੇ ਸ਼ਬਦ ਨੇ ਬਾਣੀ ਦੇ ਵਿੱਚ, ਜਿਹਨਾਂ ਸਤਿਗੁਰ ਪੁਰਖ ਨਾਲ ਸੇਵੀ ਉਹ ਸ਼ਬਦ ਨਾ ਕੀਤੋ ਵਿਚਾਰ, ਕੋਈ ਮਾਨਸ ਜੂਨ ਨਾ ਕੀ ਹੈ, ਕਹਿੰਦੇ ਉਹਨੂੰ ਮਨੁੱਖ ਨਾ ਕੁੱਕੀ ਆ, ਕਹਿੰਦੇ ਪਸ਼ੂ ਢੋਰ ਗਵਾਲ, ਕਹਿੰਦੇ ਪਸ਼ੂ ਨੇ ਉਹ, ਤੇ ਪਸ਼ੂ ਵੀ ਉਹ ਨੀ ਮਰੇ ਹੋਏ ਪਸ਼ੂ ਨੇ, ਢੋਰ ਲੱਗ ਜਾਂਦਾ ਮਰੇ ਹੋਏ ਵਾਸਤੇ, ਕਹਿੰਦੇ ਪਸ਼ੂ ਢੋਰ ਗਵਾਲ ਜਿਹ ਚੋਂ ਬਦਬੂ ਆ ਰਹੀ ਹੈ, ਕਿਹਦੇ ਜਦੋਂ ਕੋਈ ਗੁਰੂ ਦੀ ਵਿਚਾਰ ਨਹੀਂ ਹੈਗੀ।
ਹੁਣ ਪਹਿਲਾਂ ਇਹਨਾਂ ਗੱਲਾਂ ਤੋਂ ਤੇ ਮੁਕਤ ਹੋ ਜਾਈਏ। ਹੁਣ ਬੰਦਾ ਕੋਈ ਕਹੀ ਜਾਵੇ ਜੀ ਮੈਨੂੰ ਅੱਗੇ ਕਿਤੇ ਕੂਕਰ ਦੀ ਜੂਨ ਤਾਂ ਨਹੀਂ ਮਿਲੂਗੀ, ਹੋਵੇ ਲੋਭੀ ਤੇ ਗੁਰੂ ਸਾਹਿਬ ਕਹਿੰਦੇ ਅੱਗੇ ਤਾਂ ਕੀ ਮਿਲਣੀ ਆ, ਹੁਣੇ ਕੂਕਰ ਦੀ ਜੂਨ ਵਿੱਚ ਪਿਆ। ਫਰਕ ਇਹੋ ਹੀ ਆ ਕਿ ਕੂਕਰ ਦੀਆਂ ਲੱਤਾਂ ਚਾਰ ਆ, ਤੇਰੇ ਕੋਲ ਦੋ ਲੱਤਾਂ ਨੇ, ਬਣਤਰ ਨਹੀਂ ਤੇਰੀ ਸਰੀਰ ਦੀ ਬਣਤਰ ਤੇਰੀ ਕੂਕਰ ਵਾਲੀ ਨੀਗੀ, ਪਰ ਮਨ ਕਰਕੇ ਉਹ ਲੋਭੀ ਆ, ਤੇਰੇ ਅੰਦਰ ਵੀ ਲੋਭ ਲੱਭ ਕੁੱਤਾ। ਹੁਣ ਜਦੋਂ ਆ ਕਹਿੰਦੇ ਲੋਭ ਕੂਕਰ ਆ, ਜੇ ਲੋਭ ਆ ਸਮਝ ਲਓ ਤੂੰ ਕੂਕਰ ਦੀ ਜੂਨ ਭੋਗ ਰਿਹਾ। ਪਹਿਲਾਂ ਇਹਨਾਂ ਚੋਂ ਮੁਕਤ ਹੋ ਜਾ ਭਾਈ, ਇਹ ਦੋਵੇਂ ਚੀਜ਼ਾਂ ਐਨਰਜੀ ਵੇਸਟ ਕਰ ਰਹੀਆਂ। ਜਿਹੜੇ ਡੰਕੇ ਦੀ ਚੋਟ ਤੇ ਕਹਿੰਦੇ ਅੱਗੇ ਤੈਨੂੰ ਮੋਈਦਾ ਹੋਣਾ ਵਾ, ਤੇਲ ਦੇ ਕੜਾਹੇ ਤਪਦੇ ਆ, ਉਹ ਵੀ ਗਲਤ ਵਾ। ਜਿਹੜੇ ਕਹਿੰਦੇ ਅੱਗੇ ਕੁਝ ਨਹੀਂ ਉਹ ਵੀ ਗਲਤ ਆ। ਸਾਨੂੰ ਇਸ ਟੈਨਸ਼ਨ 'ਚ ਪੈਣ ਦੀ ਲੋੜ ਨਹੀਂ ਗੀ। ਸਾਨੂੰ ਗੁਰੂ ਸਾਹਿਬ ਨੇ ਬਾਣੀ ਦਿੱਤੀ ਆ ਕਿ ਤੁਸੀਂ ਐਸ ਵਾਰ ਲਓ। ਜਿਹੜਾ ਬੰਦਾ ਜਿਹੜਾ ਬੱਚਾ ਇਹਨੂੰ ਧਿਆਨ ਦੇਣ ਤੋਂ ਪਹਿਲਾਂ ਸਟੱਡੀ ਚੰਗੀ ਤਰ੍ਹਾਂ ਕਰਦਾ, ਇਹਨੂੰ ਧਿਆਨ ਦੇਣ ਵੇਲੇ ਉਹਨੂੰ ਟੈਨਸ਼ਨ ਨਹੀਂ ਹੁੰਦੀ। ਹਮੇਸ਼ਾ ਉਹਨਾਂ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਆ ਜਿਹੜੇ ਬੰਦਿਆਂ ਦੇ ਅੰਦਰ ਪਾਪ ਹੁੰਦਾ ਵਾ। ਆਪਣੀ ਇਮਾਨਦਾਰੀ ਨਾਲ ਤੁਸੀਂ ਕੰਮ ਕਰੀ ਜਾਓ, ਤੁਹਾਡੇ ਮਨ ਤੇ ਬੋਝ ਕੋਈ ਨਹੀਂ। ਜੋ ਵੀ ਫਾਈਲ ਹੋਏਗੀ ਤੁਹਾਡੀ ਸੱਚੀ ਸੁੱਚੀ ਹੋਏਗੀ। ਬਿਲਕੁਲ ਬਿਲਕੁਲ। ਇਹ ਆਮ ਤੌਰ ਤੇ ਸਾਡੇ ਕੋਲ ਗੋਰੇ ਵੀ ਜਦੋਂ ਸਾਡੇ ਨਾਲ ਵਿਚਰਦੇ ਆ ਮੀਡੀਆ ਦੇ ਵਿੱਚ, ਉਹ ਆਮ ਉਹਨਾਂ ਦਾ ਵੀ ਸਵਾਲ ਆਉਂਦਾ ਵੀ ਤੁਹਾਡੀ ਜਿਹੜੀ ਗੁਰਬਾਣੀ ਹੈ ਗੁਰਮਤ ਆ ਵੀ ਉਹਦੇ ਵਿੱਚ ਰੀ ਇਨਕਾਰਨੇਸ਼ਨ ਉਹਨੂੰ ਕਹਿੰਦੇ ਵੀ ਜਨਮ ਮੌਤ ਤੋਂ ਬਾਅਦ ਜਨਮ ਦਾ ਹੈ ਕੋਈ ਹੈ ਆਪਣੇ ਉਹਦੇ ਵਿੱਚ? ਬਿਲਕੁਲ ਨਹੀਂ ਆ, ਨਹੀਂ ਬਿਲਕੁਲ। ਇਹਦੇ ਬਾਰੇ ਗੁਰਮਤ ਸਾਹਿਬ ਗੁਰਮਤ ਨੇ ਘੁਲ ਗਏ ਆ, ਇੱਕ ਦੱਜੇ ਇੱਕ ਦੱਬੇ ਇੱਕ ਦੱਜੇ ਇੱਕ ਨਾ ਕੁੱਤੇ ਖਾਣੇ, ਇੱਕ ਪਾਣੀ ਵਿੱਚੋਂ ਸੱਟੀਆਂ ਇੱਕ ਪੀਪ ਰਸਣ ਪਾਏ। ਗੁਰੂ ਸਾਹਿਬ ਕਹਿੰਦੇ ਆ ਨਾਨਕੇ ਵਨ ਜਾਪੇ ਕਿੱਥੇ ਜਾਏ ਸਮਾਏ, ਕਹਿੰਦੇ ਨਹੀਂ ਪਤਾ ਕਿੱਥੇ ਜਾ ਕੇ ਸਮਾਉਂਦੇ ਨੇ। ਤੇ ਫਿਰ ਜਦੋਂ ਸਾਡਾ ਬਾਪੂ ਇਹ ਗੱਲ ਕਹਿ ਰਿਹਾ ਹੋਵੇ ਤੇ ਪੁੱਤਰਾਂ ਨੂੰ ਵੀ ਉਹ ਤੋਂ ਵੱਧ ਕੇ ਅਗਲੀ ਗੱਲ ਕਹਿੰਦਾ ਤੇ ਫਾਇਦਾ ਨਾ ਹੈਗਾ ਕੋਈ ਕਹੀ ਜਾਵੇ। ਗੁਰੂ ਸਾਹਿਬ ਕਹਿੰਦੇ ਇਸ ਚੱਕਰ 'ਚ ਤੈਨੂੰ ਪੈਣ ਦੀ ਲੋੜ ਨਹੀਂ ਹੈਗੀ ਕਿ ਤੂੰ ਕੀ ਕਰਨਾ ਵਾ। ਤੂੰ ਵੇਖ ਵੀ ਆਹ ਜਿਹੜੀਆਂ ਜੂਨਾਂ ਤੂੰ ਮਨ ਕਰਕੇ ਇੱਥੇ ਭੋ ਰਿਹਾ, ਪਹਿਲਾਂ ਇਹਨਾਂ 'ਚੋਂ ਮੁਕਤ ਹੋ ਜਾ। ਬਹੁਤ ਸਾਰੀਆਂ ਗੱਲਾਂ ਤੁਸੀਂ ਬੜੇ ਜਦੋਂ ਤੁਸੀਂ ਦੱਸਦੇ ਹੋ ਬੜੀਆਂ ਸਿੰਪਲ ਲੱਗਦੀਆਂ, ਸਧਾਰਨ ਲੱਗਦੀਆਂ, ਜਦੋਂ ਕਈ ਬੰਦੇ ਸਮਝਾਉਂਦੇ ਉਹ ਗੱਲ ਗੁੰਝਲਦਾਰ ਹੋ ਜਾਂਦੀ ਹੈ, ਸਵਾਲ ਨਾਲ ਵੀ ਹੋ ਜਾਂਦੀ ਹੈ। ਕੀ ਜਦੋਂ ਹੁਣ ਜਿਵੇਂ ਬਹੁਤ ਸਾਰੇ ਨੌਜਵਾਨ ਲੱਗ ਰਹੇ ਆ, ਭੈਣਾਂ ਵੀ ਮਾਵਾਂ ਵੀ ਕਈ ਪੜ੍ਹਨ ਲਈ, ਬਜ਼ੁਰਗ ਵੀ ਲੱਗ ਰਹੇ ਨੇ ਤੁਹਾਡੇ ਪ੍ਰਚਾਰ ਸਦਕਾ ਗੁਰਬਾਣੀ ਨੂੰ, ਕੀ ਤੁਸੀਂ ਦਿਓਗੇ ਸੁਝਾਅ ਕਿ ਜੇ ਅਗਰ ਉਹਨਾਂ ਨੇ ਕੋਈ ਲਿਟਰੇਚਰ ਗੁਰਬਾਣੀ ਦੇ ਨਾਲ ਸਹਾਇਤਾ ਦੇ ਤੌਰ ਤੇ ਪੜ੍ਹਨਾ ਹੋਵੇ ਤਾਂ ਕਿ ਉਹਨਾਂ ਦੇ ਜਿਹੜੇ ਸੰਕਲਪ ਆ ਉਹ ਗੁਰਬਾਣੀ ਦੇ ਵਿੱਚ ਜਿਹੜੇ ਗੱਲਾਂ ਵਿਚਾਰ ਅਧੀਨ ਆਏ ਆ ਮੁੱਦੇ ਜਿਹੜੇ, ਉਹ ਕਿਸ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਨ ਤਾਂ ਕਿ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਉਹ ਸੇਧ ਬਣੀ ਰਹੇ, ਉਹ ਇੱਧਰ ਉੱਧਰ ਨਾ ਭਟਕਣ। ਸਭ ਤੋਂ ਪਹਿਲੀ ਗੱਲ ਤੇ ਹੈ ਕਿ ਸਾਨੂੰ ਗੁਰਬਾਣੀ ਆਪ ਅਰਥਾਂ ਸਹਿਤ ਪੜ੍ਹਨੀ ਚਾਹੀਦੀ ਹੈ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਦੇ ਜੋ ਦਰਪਣ ਟੀਕਾ ਜੋ 10 ਭਾਗਾਂ ਦੇ ਵਿੱਚ ਹੈ ਉਹ ਲੈ ਕੇ ਪੜ੍ਹੋ, ਇੰਟਰਨੈਟ ਦੇ ਉੱਪਰ ਵੀ ਅੱਜ ਕੱਲ੍ਹ ਹੈਗਾ, ਤੁਸੀਂ ਪੜ੍ਹ ਸਕਦੇ ਹੋ। ਪ੍ਰੋਫੈਸਰ ਸਾਹਿਬ ਸਿੰਘ ਨੇ ਜੋ 10 ਪਾਤਸ਼ਾਹੀਆਂ ਦਾ ਸੰਖੇਪ ਜੀਵਨ ਲਿਖਿਆ ਉਹ ਲੈ ਕੇ ਪੜ੍ਹੋ। ਕਰਮ ਸਿੰਘ ਹਿਸਟੋਰੀਅਨ ਦੀਆਂ ਪੁਸਤਕਾਂ ਲੈ ਕੇ ਪੜ੍ਹ ਲਓ, ਗੰਡਾ ਸਿੰਘ ਦੀਆਂ ਲੈ ਕੇ ਪੜ੍ਹ ਲਓ, ਫਿਰ ਗਿਆਨੀ ਸੋਹਣ ਸਿੰਘ ਸੀਤਲ ਨੇ ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜ ਕਿਵੇਂ ਬਣਿਆ, ਇਹ ਆਦਿਕ ਪੁਸਤਕਾਂ ਨੇ ਉਹਨਾਂ ਦੀਆਂ। ਗੁਰੂ ਪਾਤਸ਼ਾਹ ਦੇ ਬਾਰੇ ਵੀ ਉਹਨਾਂ ਨੇ ਜਿਹੜਾ ਕਿਤਾਬਾਂ ਲਿਖੀਆਂ ਉਹ ਲੈ ਕੇ ਪੜ੍ਹ ਲਓ। ਫਿਰ ਮੈਂ ਤੇ ਇੱਕ ਉਦਾਹਰਨ ਆਪਣੇ ਵੱਲੋਂ ਦੇਣੀ ਚਾਹਾਂਗਾ ਕਿ ਜਿੰਨਾ ਵੀ ਸਾਡੇ ਘਰਾਂ ਦੇ ਵਿੱਚ ਸਾਹਿਤ ਪਿਆ ਹੋਏਗਾ, ਸਾਨੂੰ ਆਪਣੇ ਘਰਾਂ ਦਾ ਜਿਹੜਾ ਥੋੜ੍ਹਾ ਜਿਹਾ ਹੁਲੀਆ ਬਦਲਣ ਦੀ ਜ਼ਰੂਰਤ ਵਾ। ਹਰ ਇੱਕ ਸਿੱਖ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਵੇ। ਜਦੋਂ ਇੰਡੀਆ ਜਾਣ, ਮੈਂ USA ਵੀ ਗਿਆ, ਉੱਥੇ ਵੀ ਹਰ ਗੁਰਦੁਆਰੇ 'ਚ ਬੇਨਤੀ ਕੀਤੀ ਹੱਥ ਜੋੜ ਕੇ, ਜਦੋਂ ਇੰਡੀਆ ਜਾਂਦੇ ਹੋ ਇੱਕ ਸੂਟ ਕੇਸ ਆਪਣਾ ਆਉਂਦਿਆਂ ਕਿਤਾਬਾਂ ਦਾ ਭਰ ਕੇ ਲਿਆਓ। ਹੌਲੀ ਹੌਲੀ ਯਤਨ ਕਰੋ ਕਿ ਆਪਣੇ ਘਰ ਨੂੰ ਇੰਨਾ ਕੁ ਵਧੀਆ ਬਣਾ ਲਓ ਵੀ ਹਰ ਵਿਦਵਾਨ ਦੀ ਪੁਸਤਕ ਤੁਹਾਡੇ ਘਰ ਪਈ ਹੋਵੇ। ਜਿਵੇਂ ਅਸੀਂ ਗਰੋਸਰੀ ਲੈ ਕੇ ਆਉਂਦੇ, ਕਿੰਨਾ ਸਮਾਨ ਆਪਣੇ ਘਰਾਂ 'ਚ ਬੱਚਿਆਂ ਵਾਸਤੇ ਲੈ ਕੇ ਆਉਂਦੇ ਖਾਣ ਪੀਣ ਲਈ, ਇੱਦਾਂ ਹੀ ਮਨ ਦੀ ਖੁਰਾਕ ਵਾਸਤੇ ਇਸ ਲਿਟਰੇਚਰ ਪਿਆ। ਜਦੋਂ ਵਕਤ ਲੱਗੇ ਬਹਿ ਕੇ ਆਪਣੇ ਪਰਿਵਾਰ 'ਚ, ਭਾਈ ਗੁਰਦਾਸ ਜੀ ਦੇ ਕਵੇ ਤਵਾਰਾਂ ਪਈਆਂ ਹੋਣ, ਜਦੋਂ ਮਰਜ਼ੀ ਵਕਤ ਲੱਗੇ ਉਹਨੂੰ ਪੜ੍ਹੋ, ਤਾਂ ਕਿ ਗੁਰਮਤ ਗਿਆਨ ਮਿਸ਼ਨ ਕਾਲ ਦੀ ਜਿਹੜੀ ਸਾਈਟ ਆ ਉਹਦੇ ਉੱਤੇ ਵੀ ਤੁਸੀਂ ਗੁਰਮਤ ਦਾ ਕੋਰਸ ਕਰ ਸਕਦੇ ਹੋ। ਯਤਨ ਕਰ ਰਿਹਾ ਕਿ ਹੁਣ ਇੰਗਲਿਸ਼ 'ਚ ਵੀ ਜਿਹੜਾ ਬਣਾ ਜਿਹੜਾ ਵਾ ਉਹ ਤਿਆਰ ਕਰਕੇ ਅਤੇ ਬਾਹਰਲਿਆਂ ਬੱਚਿਆਂ ਵਾਸਤੇ ਭੇਜਿਆ ਜਾ ਸਕੇ। ਪਰ ਜਿਹੜੇ ਬੱਚੇ ਪੰਜਾਬੀ ਪੜ੍ਹ ਸਕਦੇ ਉਹਨਾਂ ਵਾਸਤੇ ਤਾਂ ਅਸੀਂ ਨਿਊਜ਼ੀਲੈਂਡ ਵੀ ਭੇਜਿਆ ਸੀ 100 ਦੇ ਸੈੱਟ ਕਰੀਬ, ਅਤੇ ਉਹ ਬੱਚਿਆਂ ਨੇ ਉੱਥੇ ਪੜ੍ਹਿਆ ਵਾ, ਬਹੁਤ ਨੌਜਵਾਨ ਸਟੱਡੀ ਕਰਨ ਲੱਗ ਪਏ ਆ, ਅਤੇ ਪਰਿਵਾਰਾਂ ਵਿੱਚ ਬੈਠ ਕੇ ਅਸੀਂ ਕੋਰਸ ਕਰ ਸਕਦੇ ਹਾਂ। ਬਾਕੀ ਕੋਸ਼ਿਸ਼ ਕੀਤੀ ਜਾਵੇ ਕਿ ਮੈਗਜ਼ੀਨ ਧਾਰਮਿਕ ਲਓ, ਜਿਵੇਂ ਸਿੱਖ ਫਲਵਾੜੀ ਮੈਗਜ਼ੀਨ ਆ ਸਿੱਖ ਮਿਸ਼ਨ ਕਾਲ ਦਾ ਅੰਮ੍ਰਿਤਸਰ ਦਾ, ਇੱਥੇ ਲੁਧਿਆਣੇ ਦਾ 14 ਕੁਚੇ ਆ, ਉਹਦਾ ਤੁਸੀਂ ਐਡਰੈਸ ਮੰਗਾ ਸਕਦੇ ਹੋ। ਹਰ ਪਰਿਵਾਰ 'ਚੋਂ ਸਿੱਖ ਫਲਵਾੜੀ ਮੈਗਜ਼ੀਨ ਆਵੇ, ਉਹਦੇ ਵਿੱਚ ਕਈ ਸਵਾਲ ਕਈ ਜਵਾਬ ਇਹਦਾ ਆਦਿ ਗੱਲਾਂ ਸਾਨੂੰ ਬੜੀਆਂ ਕੁਝ ਸਿੱਖਣ ਲਈ ਮਿਲਦੀਆਂ। ਸਾਨੂੰ ਚੰਗੇ ਮੈਗਜ਼ੀਨ ਆਪਣੇ ਘਰਾਂ 'ਚ ਲਵਾਉਣੇ ਚਾਹੀਦੇ ਆ। ਜਦੋਂ ਚੰਗਾ ਸਾਹਿਤ ਪੜ੍ਹਾਂਗੇ ਸਾਡੇ ਅੰਦਰ ਚੰਗੇ, ਕਿਉਂਕਿ ਮਨੁੱਖ ਦੇ ਜੀਵਨ ਨੂੰ ਵਿਚਾਰ 'ਚ ਲਾਉਂਦੇ ਆ, ਜਦੋਂ ਵਿਚਾਰ ਬਦਲਣੇ ਆ ਚੰਗਾ ਕੁਝ ਪੜ੍ਹਨ ਦੇ ਨਾਲ। ਤੁਸੀਂ ਵੇਖਿਆ ਖੂਹਾਂ ਦੇ ਪਾਣੀ, ਉਹਨਾਂ 'ਚ ਪਿੰਡਾਂ ਵਿੱਚ ਦਵਾਈ ਪਾਉਣੀ ਪੈਂਦੀ ਸੀ, ਲਾਲ ਮੱਛਰ ਮਾਰਨ ਵਾਲੀ ਦਵਾਈ ਪਾਉਣੀ ਪੈਂਦੀ, ਕਿਉਂਕਿ ਪਾਣੀ ਖਲੋਤਾ ਵਾ। ਜਿਹੜਾ ਪਾਣੀ ਚੱਲਦਾ ਨਾ, ਜਿਵੇਂ ਦਰਿਆ ਦਾ ਪਾਣੀ ਚੱਲਦਾ, ਉਹ 'ਚ ਕਦੀ ਕੋਈ ਦਵਾਈ ਨਹੀਂ ਪਾਉਂਦਾ, ਉਹ 'ਚ ਮੁਰਗਾ ਵੀ ਰੁੜਿਆ ਆਉਂਦਾ, ਉਹ 'ਚ ਪਸ਼ੂ ਵੀ ਰੁੜੇ ਆਉਂਦੇ ਆ, ਉਹ 'ਚ ਉਹਦੇ ਵਿੱਚ ਗੰਦਗੀ ਵੀ ਆਉਂਦੀ ਆ, ਪਰ ਉਹ 'ਚ ਪਾਣੀ ਲੋਕ ਪੀਂਦੇ ਵੀ ਆ। ਕਿਉਂ ਭਲਾ? ਕਿਉਂਕਿ ਜਦੋਂ ਪਾਣੀ ਚੱਲਦਾ ਨਾ, ਗੰਦਗੀ ਥੱਲੇ ਪੈਂਦੀ ਹੁੰਦੀ ਆ, ਉੱਤੇ ਨਤਰ ਕੇ ਪਾਣੀ ਆ ਜਾਂਦਾ। ਤੁਸੀਂ ਵੇਖਿਆ ਅੱਜ ਵੀ ਪਸ਼ੂ ਚਾਰਨ ਵਾਲੇ ਦਰਿਆ
ਦਰਿਆਵਾਂ ਦਾ ਪਾਣੀ ਅੱਜ ਤੋਂ ਕੁਛ ਸਾਲ ਪਹਿਲਾਂ ਪੀਂਦੇ ਰਹੇ ਆ, ਹੁਣ ਪਾਣੀ ਗੰਦਾ ਹੋ ਗਿਆ। ਕੱਸਿਆਂ ਦਾ ਸਾਡੀ ਉਮਰ ਚ ਆਮ ਪੀਂਦੇ ਰਹੇ ਖੂਹਾਂ ਦਾ ਪਾਣੀ, ਦਰਿਆਵਾਂ ਦਾ ਪਾਣੀ, ਹੁਣ ਤਾਂ ਹੁਣ ਥੋੜਾ ਘਟੇ ਕਿਉਂਕਿ ਉਹਦੇ ਪਿੱਛੇ ਕਾਰਨ ਆ ਕਿ ਪਾਣੀ ਇੰਨਾ ਗੰਦਾ ਹੋ ਗਿਆ ਕਿ ਉਹ ਪੀਣ ਲਾਇਕ ਨਹੀਂ ਰਿਹਾ। ਪਰ ਜਿਹੜਾ ਚੱਲਦਾ ਪਾਣੀ ਆ ਉਹ ਸਾਫ਼ ਰਹਿੰਦਾ। ਜਦੋਂ ਬੰਦੇ ਦੇ ਵਿਚਾਰ ਚੱਲਦੇ ਆ ਨਾ, ਨਵੇਂ ਨਵੇਂ ਵਿਚਾਰ ਜੀਵਨ ਚ ਆਉਂਦੇ ਆ ਤੇ ਜ਼ਿੰਦਗੀ ਸਾਫ਼ ਰਹਿੰਦੀ। ਅੱਜ ਸਾਡੇ ਵਿਚਾਰ ਰੁਕ ਗਏ ਆ, ਇਹਨਾਂ ਨੂੰ ਤੋੜਨ ਦਾ ਇੱਕੋ ਤਰੀਕਾ ਕਿ ਚੰਗਾ ਗਿਆਨ ਪ੍ਰਾਪਤ ਕਰਨ ਵਾਸਤੇ ਚੰਗੀਆਂ ਵਿਦਵਾਨਾਂ ਦੀਆਂ ਪੁਸਤਕਾਂ ਜਿਹੜੀਆਂ ਉਹ ਲੈ ਕੇ ਪੜ੍ਹ ਸਕੀਏ। ਬਾਕੀ ਗੁਰਮਤਿ ਗਿਆਨ ਮਿਸ਼ਨ ਕਾਲ ਦੀ ਸਾਈਟ ਦੇ ਉੱਪਰ ਅਸੀਂ ਵਿਦਵਾਨਾਂ ਦੀਆਂ ਪੁਸਤਕਾਂ ਦੀ ਡਿਟੇਲ ਵੀ ਪਾਈ ਆ। ਵਧੇਰੇ ਜਾਣਕਾਰੀ ਲਈ ਸਰੋਤੇ ਜਿਹੜੇ ਆ ਉਸ ਸਾਈਟ ਤੇ ਜਾ ਕੇ ਉੱਥੋਂ ਉਹ ਵਿਦਵਾਨਾਂ ਦੇ ਨਾਂ ਪੜ੍ਹ ਸਕਦੇ ਆ ਵੀ ਕਿਹੜੇ ਕਿਹੜੇ ਵਿਦਵਾਨ ਦੀ ਅਸੀਂ ਪੁਸਤਕ ਜਿਹੜੀ ਆ ਲੈ ਕੇ ਪੜ੍ਹਨੀਆਂ ਤੇ ਆਪਣੇ ਘਰ ਵਿੱਚ ਲੈ ਕੇ ਆਉਣੀ ਹੈ। ਹਾਂਜੀ, ਸਵਾਲ ਤਾਂ ਹੋਰ ਵੀ ਬਹੁਤ ਸਾਰੇ ਨੇ, ਆਪਣਾ ਸਮਾਂ ਤਕਰੀਬਨ ਹੋਣ ਵਾਲਾ ਤੇ ਅੰਤ ਦੇ ਵਿੱਚ ਤੁਹਾਡਾ ਐਡਮਿੰਟਨ ਸ਼ਹਿਰ ਆਉਣ ਦਾ ਸਮਾਂ ਦੇਣ ਦਾ ਰੇਡੀਓ ਦੇਸ਼ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ। ਸੰਗਤਾਂ ਨਾਲ ਕੋਈ ਜੋ ਗੱਲ ਰਹਿ ਗਈ ਹੋਵੇ ਤੁਹਾਡੇ ਮਨ 'ਚ, ਤੁਸੀਂ ਸੁਨੇਹਾ ਸਾਂਝ ਕਰਨਾ ਚਾਹੁੰਦੇ ਹੋਵੋ। ਹਾਂ, ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਇੱਥੇ ਗੁਰਦੁਆਰਿਆਂ 'ਚ ਬੁਲਾਰੇ ਆਉਂਦੇ ਨੇ, ਯਤਨ ਕਰੋ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ ਸੁਣਨ ਵਾਸਤੇ ਜਾਓ। ਕਈ ਵਾਰੀ ਇੰਝ ਲੱਗਦਾ ਕਿ ਜਿਵੇਂ ਇੱਕ ਬੁਲਾਰਾ ਆਉਂਦਾ ਤੁਸੀਂ ਹੱਦੋਂ ਵੱਧ ਆਣ ਕੇ ਇਕੱਠੇ ਹੁੰਦੇ ਹੋ, ਦੂਜੇ ਬੁਲਾਰੇ ਆਉਂਦੇ ਤੁਸੀਂ ਪਛਾਣ ਜਾਂਦੇ ਹੋ। ਬਹੁਤ ਬੁਲਾਰੇ, ਸਾਰਿਆਂ ਬੁਲਾਰਿਆਂ ਦੇ ਵਿਚਾਰ ਚੰਗੇ ਨੇ, ਪੇਸ਼ਕਾਰੀ ਆਪੋ ਆਪਣੀ ਆ। ਤੁਸੀਂ ਯਤਨ ਕਰੋ ਵਕਤ ਕੱਢ ਕੇ, ਜਿੰਨੇ ਵੀ ਬੁਲਾਰੇ ਆਉਂਦੇ ਨੇ ਸਮਾਂ ਕੱਢ ਕੇ ਜਾਓ। ਬਾਣੀ ਦੀਆਂ ਸੰਥੇ ਦੀਆਂ ਕਲਾਸਾਂ ਜਿਵੇਂ ਬ੍ਰਹਮਜੀਤ ਸਿੰਘ ਲਾ ਰਹੇ ਆ, ਉਸ ਤੋਂ ਪਹਿਲਾਂ ਹਰਿੰਦਰ ਸਿੰਘ ਜੀ ਲਾ ਰਹੇ ਸੀ, ਅੰਮ੍ਰਿਤਪਾਲ ਸਿੰਘ ਜੀ ਨੇ ਕਲਾਸਾਂ ਲਾਈਆਂ, ਵੱਧ ਤੋਂ ਵੱਧ ਸਮਾਂ ਕੱਢ ਕੇ ਉਹਨਾਂ ਕਲਾਸਾਂ ਵਿੱਚ ਪਹੁੰਚੋ। ਸਰੋਤਿਆਂ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਇਹ ਪੌਦੇ ਨੂੰ ਵੀ ਪਾਣੀ ਦੋ ਵਾਰ ਪਾਉਣਾ ਪੈਂਦਾ ਕਈ ਵਾਰੀ, ਜ਼ਿਆਦਾ ਗਰਮੀ ਹੋਵੇ ਨਾ ਤੇ ਥੋੜ੍ਹੀ ਜਿਹੀ ਘੱਟ ਹੋਵੇ ਤੇ ਇੱਕ ਵਾਰ ਸਰ ਜਾਂਦਾ। ਮਨ ਪੌਦਾ ਇਹ ਸੁੱਕ ਰਿਹਾ ਤੇ ਇਹਨੂੰ ਯਤਨ ਕਰੋ ਕਿ ਸਮਾਂ ਕੱਢ ਕੇ, ਵਕਤ ਕੱਢ ਕੇ। ਜੇ ਆਪਾਂ ਕਹੀਏ ਵੀ ਟਾਈਮ ਹੈ ਨਹੀਂ, ਇਸ ਗੱਲ ਨਾਲ ਆਪਾਂ ਸਹਿਮਤ ਨਹੀਂ ਕਿਉਂਕਿ ਟਾਈਮ ਕੱਢਿਆ ਜਾਂਦਾ ਵਾ, ਵਕਤ ਤਾਂ ਜਿਹੜਾ ਵਾ ਉਹ ਕੱਢਣਾ ਹੀ ਪੈਣਾ ਤੁਹਾਨੂੰ। ਤੇ ਤੁਸੀਂ ਯਤਨ ਕਰੋ ਕਿ ਭਾਵੇਂ ਹਫ਼ਤੇ 'ਚ, ਜੇ ਇੱਕ ਹਫ਼ਤੇ 'ਚ ਕਲਾਸਾਂ ਲੱਗਦੀਆਂ, ਤੁਸੀਂ ਟਾਈਮ ਵੰਡ ਕਰ ਲਓ ਵੀ 3 ਦਿਨ ਜਾਣਾ ਮੈਂ, 4 ਦਿਨ ਆਪਣੇ ਕੰਮ, ਮੈਂ ਜ਼ਿਆਦਾ ਕੰਮ ਨੂੰ ਟਾਈਮ ਦੇਣਾ, ਅਗਲੇ 4 ਦਿਨ ਦੂਜਾ ਪਰਿਵਾਰ ਆ ਜੇ, ਇੱਦਾਂ ਆਪਾਂ ਵੰਡ ਕਰਕੇ ਜਦੋਂ ਸਾਨੂੰ ਬਾਣੀ ਪਾਣੀ ਆ ਗਈ ਨਾ, ਫਿਰ ਤੁਸੀਂ ਆਪਣੇ ਵੇਖਿਓ 10-15 ਸਾਲਾਂ 'ਚ ਸਾਡੇ ਜੀਵਨ ਦੇ ਵਿੱਚ ਆਪਣੇ ਆਪ ਤਬਦੀਲੀ ਆਉਣੀ ਸ਼ੁਰੂ ਹੋ ਜਾਣੀ ਆ। ਅਤੇ ਵੱਧ ਤੋਂ ਵੱਧ ਕਮੇਟੀਆਂ ਦੇ ਜਿੰਨੇ ਵੀ ਪ੍ਰਬੰਧਕ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਕਿ ਉੱਦਾਂ ਅਸੀਂ ਕਹਿੰਦੇ ਅਕਾਲ ਤਖ਼ਤ ਮਹਾਨ ਵਾਂ, ਸਿੱਖ ਪੰਥ ਦੀ ਸ਼ਾਨ ਵਾਂ, ਉੱਥੋਂ ਜਿਹੜੀ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਗੁਰਦੁਆਰਿਆਂ 'ਚ ਲਿਆਓ। ਅਤੇ ਜਿਹੜਾ ਵੀ ਪ੍ਰਚਾਰਕ ਤੁਹਾਡੇ ਗੁਰਦੁਆਰੇ ਆਵੇ, ਉਹਨੂੰ ਇੱਕੋ ਬੇਨਤੀ ਕਰੋ ਜੀ, ਇਹ ਪੂਰਨ ਤੌਰ 'ਤੇ ਅਕਾਲ ਤਖ਼ਤ ਨੂੰ ਸਮਰਪਿਤ ਗੁਰਦੁਆਰਾ, ਅਤੇ ਇੱਥੇ ਅਸੀਂ ਕੇਵਲ ਅਕਾਲ ਤਖ਼ਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਆ। ਅਤੇ ਸਾਡੀ ਬੇਨਤੀ ਹੈ ਵੀ ਮਰਿਆਦਾ ਦੇ ਮੁਤਾਬਕ ਹੀ ਇੱਥੇ ਜਿਹੜਾ ਸਾਰਾ ਸਮਾਗਮ ਚੱਲਦਾ, ਤੁਸੀਂ ਮਰਿਆਦਾ ਮੁਤਾਬਕ ਹੀ ਅਰਦਾਸ ਕਰਨੀ ਆ, ਗੁਰੂ ਅਕਾਲ ਤਖ਼ਤ ਦੀ ਮਰਿਆਦਾ ਮੁਤਾਬਕ ਹੀ ਇੱਥੇ ਦੀ ਕਥਾ ਵਾਰਤਾ ਹੋਏਗੀ। ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਕਿ ਬਹੁਤ ਪ੍ਰਚਾਰਕ ਜਿਹੜੇ ਆ ਉਹ ਇਸ ਬੰਨੇ ਤੁਰ ਪੈਣਗੇ। ਜਦੋਂ ਪ੍ਰਬੰਧਕ ਕਮੇਟੀਆਂ ਆਪ ਡੇਰਿਆਂ ਨਾਲ ਜੁੜੀਆਂ ਹੁੰਦੀਆਂ, ਭਾਵੇਂ ਪ੍ਰਚਾਰਕ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਿਤ ਵੀ ਹੋਵੇ, ਉਹ ਫਿਰ ਉਹਨੂੰ ਫਿਰ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ। ਕੋਈ ਅਗਲਾ ਸੋਚਦਾ ਮੈਂ ਟਿਕਟ ਲਾ ਕੇ ਆਇਆ, ਇੰਨਾ ਖਰਚਾ ਕਰਕੇ ਆਇਆ, ਇਹ ਹੁਣ ਜਿੱਦਾਂ ਕਹਿਣਗੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪੈਣੀ, ਉਹ ਫਿਰ ਮਜਬੂਰ ਹੋ ਜਾਂਦਾ। ਤੇ ਜੇ ਕਮੇਟੀਆਂ ਪਹਿਲੀਆਂ ਅਕਾਲ ਤਖ਼ਤ ਨੂੰ ਸਮਰਪਿਤ ਹੋਣਗੀਆਂ, ਤੇ ਮੈਂ ਕਹਿੰਦਾ ਪ੍ਰਚਾਰਕ ਭਾਵੇਂ ਮਨਮਤੀਆਂ ਵੀ ਕਿਉਂ ਨਾ ਹੋਵੇ, ਉਹਨੂੰ ਗੁਰਮਤੀਆਂ ਕਮੇਟੀਆਂ ਬਣਾ ਸਕਦੀਆਂ, ਕਿਉਂਕਿ ਭਾਂਡਾ ਤੇ ਪ੍ਰਬੰਧਕ ਕਮੇਟੀਆਂ ਇਹਨਾਂ ਨੇ ਬਰਤਨ ਦੇ ਵਿੱਚ ਪਰੋਸ ਕੇ ਅੱਗੇ ਦੇਣਾ। ਇਸ ਕਰਕੇ ਪ੍ਰਬੰਧਕ ਕਮੇਟੀਆਂ ਥੋੜ੍ਹੀਆਂ ਜਿਹੀਆਂ ਹਿੰਮਤ ਕਰਨ ਤਾਂ ਕਿ ਅਸੀਂ ਸੱਚ ਨਾਲ ਜਿਹੜਾ ਪ੍ਰਚਾਰ ਦੇ ਸਕੀਏ, ਸੰਗਤਾਂ ਜਿਹੜੀਆਂ ਵੱਧ ਤੋਂ ਵੱਧ ਇਸ ਬੰਨੇ ਤੁਰਨ, ਅਤੇ ਉਹ ਅਸੀਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ, ਬੜੇ ਪਿਆਰੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਅਸੀਂ ਜੋੜ ਸਕਦੇ ਹਾਂ। ਇੱਥੇ ਹੀ ਅਸੀਂ ਅੱਜ ਦਾ ਜੋ ਗੁਰਬਾਣੀ ਵਿਚਾਰ ਪ੍ਰੋਗਰਾਮ ਆ ਉਸ ਨੂੰ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ। ਇੱਕ ਵਾਰ ਫਿਰ ਭਾਈ ਸਾਹਿਬ ਜੀ ਦਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਦੇ ਸਹਿਯੋਗ ਸਦਕਾ ਸਾਨੂੰ ਇਹ ਅੱਜ ਦਾ ਜਿਹੜਾ ਸਮਾਂ ਇਹਨਾਂ ਕੋਲੋਂ ਪ੍ਰਾਪਤ ਹੋਇਆ। ਇਹਨਾਂ ਦਾ ਬਹੁਤ ਬਿਜ਼ੀ ਸਮਾਂ, ਉਸ ਦੇ ਵਿੱਚੋਂ ਜੋ ਕੁਝ ਮਿੰਟ ਮਿਲੇ ਹਨ, ਇੱਥੇ ਹੀ ਅੱਜ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।